ਪਹਿਲੇ ਸਿਫਤ ਆਏ ਸਿਫਤਾਂ ਵਾਲੜੇ ਦੀ ਸਿਫਤਾਂ ਵਾਲੜਾ ਰੱਬ ਰਮਾਨ ਮਿਲਾਂ ਅੱਖਾਂ ਫੇਰ ਮੈਂ ਨਾ ਕਰਦੂਲ ਤਾਏ ਖਾਤਰ ਜਿਸ ਦੀ ਦੋ ਜਹਾਨ ਮੀਆਂ ਵਾਹ ਜੀ ਵਾਹ ਖਾਤਰ ਉਸ ਦੀ ਬਾਗ ਗੁਲਜ਼ਾਰ ਬਣ ਕੇ ਆਇਆ ਜਿਸ ਦੀ ਸ਼ਾਨ ਕੁਰਾਨ ਮੀਆਂ ਕਲਮਾ ਉਸ ਦਾ ਪੜ੍ਹੀ ਕਸੂਰ ਮੰਦਾ ਤੇਰੀ ਟੁਰ ਗਈ ਸਾਫ ਜ਼ਬਾਨ ਵਾਹ ਜੀ ਵਾਹ ਕਿਆ ਬਾਤ ਹੈ ਹਾਜ਼ਰੀ ਦਰਵੇਸ਼ ਦੀਏ ਮੇਰੇ ਉਸਤਾਦ ਦੇ ਉਸਤਾਦ ਨੇ ਬਾਬਾ ਕਸੂਰ ਮੰਦ ਜੀ ਤੇ ਉਹ ਬੜਾ ਸ਼ੌਕ ਹੈ ਮੈਂ ਜਿੱਦਣ ਦੇ ਮਤਲਬ ਹੈ ਦੁਨੀਆ ਤੋਂ ਰੁਖਸਤ ਹੋਏ ਨੇ ਤੇ ਨਹੀਂ ਮੌਕਾ ਮਿਲਿਆ ਕਿਰੇ ਜੀ ਜੀ ਇੱਕ ਵਾਰੀ ਸੰਨ 74-73 ਦੇ ਵਿੱਚ ਆਏ ਸਾਂ ਅਸੀਂ ਮਿਲਣ ਵਾਸਤੇ ਇੱਕ ਮੁੰਡਾ ਮੇਰੇ ਨਾਲ ਸੀ ਹੋਰ ਪਿੰਡ ਦਾ ਮਾਛੀ ਉਸ ਵੇਲੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਨਾ ਮੱਝ ਇੱਕ ਰੱਖੀ ਸੀ ਉਹ ਪੱਠੇ ਮਗਰੇ ਪਿੱਛੇ ਨਾ ਚੁੱਕ ਕੇ ਲਏ ਥੋੜ੍ਹੇ ਜਿਹੇ ਅਤੇ ਉਹ ਮੁੰਡੋ ਹੀ ਪੁੱਟ ਕੇ ਮਕਈ ਉਹਨਾਂ ਲਿਆਂਦੀ ਪਤਾ ਨਹੀਂ ਉਹ ਪਾਣੀ ਛਾਣੀ ਤਿਆਰ ਜਿਸ ਉਹਨੇ ਦਿੱਤੇ ਆ ਉਹ ਬਹਿ ਕੇ ਤੇ ਲੱਗ ਪਏ ਉਹਦੀਆਂ ਜੜਾਂ ਛੜਾ ਹੋ ਜਾਣ ਜੀ ਜੀ ਅਸੀਂ 4-5 ਕਰੋ ਦੂਰ ਬੈਠੇ ਸਾਂ ਤੇ ਮੈਂ ਉਹ ਨਜ਼ਰ ਨਵਾਂ ਲਾ ਕੇ ਵੇਖੋ ਇਹ ਬੰਦਾ ਕੈਸਾ ਉਹ ਜਿਹੜੇ ਮੈਂ ਗੱਲ ਕੀਤੀ ਨਾ ਤੇ ਉਹਨਾਂ ਉੱਥੋਂ ਹੀ ਸ਼ੁਰੂ ਕਰ ਲਿਆ ਉਹਨਾਂ ਕਿਹਾ ਦੌੜ ਦੌੜ ਕੇ ਅਕਲ ਵਿੱਚ ਦੌੜ ਮੁੱਕ ਗਈ ਤੇ ਪਤਾ ਲੱਗਾ ਨਾ ਰੱਬੇ ਗਫੂਰ ਦਾ ਹੈ ਇਸ ਵੇਲੇ ਕਾਪੀ ਦੇ ਵਿੱਚ ਇਹ ਸੁਰਖੀ ਲੰਮੀ ਲਿਖੀ ਹੈ ਉਸ ਵੇਲੇ ਜਿਹੜੇ ਉਹਨਾਂ ਮੈਨੂੰ ਸ਼ੇਰ ਦੱਸੇ ਨੇ ਉਹ ਚੰਦ ਸ਼ੇਰ ਮੈਨੂੰ ਯਾਦ ਨੇ ਜੀ ਜੀ ਦੌੜ ਦੌੜ ਕੇ ਅਕਲ ਦੀ ਦੌੜ ਮੁੱਕੀ ਲੱਗਾ ਪਤਾ ਨਾ ਰੱਬੇ ਗਫੂਰ ਦਾ ਹੈ ਕਿਹੜੇ ਜੰਗਲਾਂ ਦੇ ਵਿੱਚ ਕਰੇ ਮੰਗਲ ਕਿਹੜੇ ਵਗਦਿਆਂ ਖੂਹਾਂ ਨੂੰ ਉਰਦਾ ਹੈ ਕਿਹੜੇ ਲਾਲੀਆਂ ਨੂੰ ਪੰਜੇ ਮਿਲੇ ਸੋਹਣੇ ਮੋਰ ਵੇਖ ਪੈਰ ਕਿਧਰੇ ਝੋਰਦਾ ਹੈ ਕਿਸੇ ਨੂੰ ਜਾ ਕੇ ਤੇ ਆਪਣੀ ਘਰ ਮਿਲਦਾ ਕਿਸੇ ਨੂੰ ਪਾ ਛੱਡਦਾ ਪੰਧ ਦੂਰਦਾ ਹੈ ਕਿਸੇ ਨੂੰ ਕੋਲ ਬੁਲਾਏ ਤੇ ਕਰੇ ਗੱਲਾਂ ਕਿਸੇ ਦੇ ਘਰਾਕੀਆਂ ਘੂਰਦਾ ਹੈ ਕਿਸੇ ਦਿਓ ਦੇ ਗਾਸੂ ਡੈਣ ਪਾਈ ਕਿਸੇ ਹੋਰ ਨੂੰ ਸੰਗ ਲੰਗੂਰਦਾ ਹੈ ਐਨਾ ਲੱਕ ਪੁਕਾਰਦਾ ਪਿਆ ਆਪਣੀ ਐਵੇਂ ਨਾਮ ਬਦਨਾਮ ਮਨਸੂਰਦਾ ਹੈ ਤੇ ਕਈਆਂ ਨੂੰ ਬੰਦਗੀ ਆਵਾਜ਼ਾਂ ਬਖਸ਼ੀਆਂ ਤੋਂ ਕਸੂਰ ਮੰਦ ਨੂੰ ਦਾਨ ਕਸੂਰਦਾ ਵਾਹ ਜੀ ਵਾਹ ਕਿਆ ਬਾਤ ਹੈ ਹੈਰ ਹੋਏ ਜੀ ਚੰਦ ਸ਼ੇਰ ਨੇ ਹੁਣ ਮਤਲਬ ਮੈਂ ਇੰਨੇ ਜਗ੍ਹਾ ਹੈ ਨਹੀਂ ਹਾਂ ਜੀ ਜੀ ਬਹਰਾਲ ਚਲੋ ਸੱਸੀ ਲਿਖੀ ਉਹਨਾਂ ਉਸ ਵੇਲੇ ਉਹ ਟੇਪ ਸਾਡੇ ਕੋਲ ਸੀ ਇੱਕ ਛੋਟੀ ਜਿਹੀ ਉਹ ਭਰੇ ਸੀ ਉਧਰੋਂ ਫਾਰਕ ਹੋ ਕੇ ਤਾਂ ਸਾਡੇ ਕੋਲ ਆ ਕੇ ਬਹਿ ਜਾਂਦੇ ਨੇ ਤੇ ਬਹਿ ਕਿੱਦਾਂ ਦੇ ਨਾ ਮੁੜੇ ਹੋਇਆ ਡੱਬੀ ਜੇ ਕੀ ਫੜਿਆ ਜੇ ਸੁਣਾਓ ਹੁਣ ਅਸੀਂ ਉਹ ਐਂਜੋ ਪੈਰਾਂ ਪਾਰੋ ਬਹਿ ਗਏ ਨੇ ਤੇ ਜਨਾਬ ਉਹਨਾਂ ਦੀ ਐਡੀ ਐਡੀ ਮੋਟੀ ਮੋਟੀ ਹੱਥਰ ਜਿਹੜੀ ਉਹ ਜੀ ਇੱਕ ਪਾਸਾ ਮੁੱਕਿਆ ਫਿਰ ਉਹਨਾਂ ਦੂਜਾ ਪਾਸਾ ਉਹਨਾਂ ਆਖਿਆ ਦੂਜੇ ਪਾਸੇ ਵੀ ਲਓ ਉਹ ਵੀ ਉਹਨਾਂ ਨੇ ਸੁਣਿਆ ਹੁਣ ਉਸ ਉਹ ਜਿਹੜੇ ਸ਼ੇਰ ਸਨ ਮੈਂ ਉਹਨਾਂ ਦੇ ਸ਼ੇਰ ਕੋਲ ਚੰਦ ਜਿਹੜੇ ਨੇ ਉਹ ਪੇਸ਼ ਕਰਨਾ ਵਾਹ ਜੀ ਵਾਹ ਕਿਆ ਬਾਤ ਹੈ ਹੈਰ ਹੋਵੇ ਸਾਜ਼ ਵਾਲਿਆਂ ਦੀ ਜੀ ਵਾਹ ਕਿਆ ਬਾਤ ਹੈ ਮੈਂ ਤੇਰੇ ਵੱਲ ਆਇਆ ਅੱਖਾਂ ਵਿੱਚ
आन जदाइया सस्सी नु ढोण जगाया जी कह बछोड़ा उठ शहजादी नी मैं तेरे वाले आया हाथ चेती घर तक जमान है ओले सिर ते ढोल बजाया सुरमंदा उठ चढ़े थरा वाल रहिंदी है मेल पकाया वाजी वाजी साहब क्या बात है रवे क्या बात है साजी
ਜਾਗ ਆਉਂਦੀ ਹੈ ਕੀ ਕਰਦੀ ਏ ਹਰ ਮੈਦਾਨ ਨਾਲ ਦੌੜਦੀ ਏ ਅੱਗੂ ਕੁੰਨੂ ਨਜ਼ਰ ਨਹੀਂ ਆਉਂਦਾ ਤੇ ਉੱਚੇ ਉੱਚੇ ਕਰਕੇ ਵਾਲ ਮਾਰਦੀ ਤੇ ਕਿਵੇਂ ਮਾਰਦੀ ਏ ਆ ਮੁੱਤਿਆ ਸੁਣ ਕੇ ਉਹ ਸੁਣ ਕੇ ਕੋਈ ਗੱਲ ਨਹੀਂ ਹੋਣ ਲੱਗੀ ਉਹਨਾਂ ਦੀਆਂ ਗੱਲਾਂ ਹੋਣਗੀਆਂ ਤੇ ਉਹ ਅੱਜ ਵੀ ਸੁਣਦੇ ਰਹਿੰਦੇ ਇੱਥੇ ਬੜੇ ਬੜੇ ਕਸੂਰਮੰਦ ਪੜਨ ਵਾਲੇ ਨੇ ਬਹੁਤੇ ਕੀ ਬਾਬਾ ਸਾਧਕ ਨਹੀਂ ਮੁੱਕਦਾ ਪਿੱਛੇ ਜਾ ਰਹੀ ਹੈ ਤੇ ਵੇਖਿਆ ਮਹਿਬੂਬ ਦੀ ਉੱਠਣੀ ਦਾ ਖੂਨ ਉਹ ਪੈਰ ਨਜ਼ਰ ਆ ਗਿਆ ਖੋਜ ਨਜ਼ਰ ਆਇਆ ਤੇ ਆਂਦੀ ਏ ਯਾ ਅੱਲਾ ਮੈਂ
ਜੇਬਲ ਦੇ ਚਮਕਾਰੇ ਆਂਦਾ ਕਿਹੜੀ ਸ਼ਾਇਰ ਇਸ ਵਿੱਚ ਹਲ ਮਾਰੂ ਵਿੱਚ ਆ ਗਈ ਹੈ ਜਾ ਰਹੀ ਹੈ ਕਰੇ ਕਿਆ ਹਾੜੇ ਕਰਦੇ ਹਾੜੇ ਕਰਦੇ ਜਾ ਰਹੀ ਹੈ ਤੇ ਬਾਬੇ ਹੋਰਾਂ ਦੱਸਿਆ ਹਾੜੇ ਕਰ ਕਰਕੇ ਥੱਕ ਪਈ ਸੱਸੀ ਤੇ ਟੁੱਟੇ ਨੇ ਸਬਰ ਸਹਾਰੇ ਫਿਰ ਦਰਦ ਤੋਂ ਪੈਂਦੀ ਹੈ ਲਹਿਰ ਅਜੇ ਮੇ ਅਰਸ਼ੀ ਜਾਂਦੇ ਨੇ ਨਾਰੇ ਦੂਰੋਂ ਵੇਖ ਉਹਨੂੰ ਡਰ ਖਾਂਦਾ ਇੱਕ ਅਜੜੀ ਅਜੜ ਚਾਰੇ ਇੱਕ ਸੂਰਮੰਦਾ ਵੇਖੇ ਦੂਰ ਖਲੋਤਾ ਉਹਦੇ ਵਰਦ ਚਮਕਾ ਉਹ ਸਾਜੜੀ ਨੇ ਜਿਹੜੇ ਸ਼ਹਿਜ਼ਾਦੇ ਨੂੰ ਵੇਖਿਆ ਉਸ ਮਾਰੂ ਥਲ ਦੇ ਵਿੱਚ ਤੇ ਆਪਣੇ ਦਿਲ ਵਿੱਚ ਸੋਚਦਾ ਅਜੜੀ ਨੇ ਜਿਥੇ ਵੇਖਿਆ ਉਹ ਇਹ ਖਿਆਲ ਕਰਦਾ ਤੂੰ ਇੱਥੇ ਕਿੱਥੇ ਆ ਗਈ ਹੈ ਇੱਥੇ ਤੂੰ ਕਿਵੇਂ ਬਚੇਂਦੀ ਸੱਸੀ ਕੀ ਜਵਾਬ ਕਰਦੀ ਕਿਉਂ ਨਹੀਂ ਫਿਕਰ ਭਾਈ ਜਵਾਬ ਸੁਣ ਕੇ ਆਉਂਦੀ ਹੈ ਤਾਂ ਸਫ਼ਰ ਆਉਂਦਾ
ਦਾ ਦਿਲ ਮੇਰੇ ਵਿੱਚ ਕਰ ਲਾਂਗੀ ਦਿਲ ਜੋਈ ਕੇਤੀਆਂ ਪਹੁੰਚ ਕੇ ਸਮਝ ਜਾਵਾਂਗੀ ਜੇ ਨਾ ਉਹਦੇ ਵਿੱਚ ਕੋਈ ਕਸੂਰ ਮੰਦਾ ਲੈ ਦਾ ਖਬਰਾਂ ਜੇ ਮੈਂ ਉਹਦੀ ਲਾਂਬੂ ਬਲਦਾ ਹੈ ਗਮ ਦਾ ਥਾ ਜਿਹੜਾ ਵੱਲ ਕੇਜ ਦੇ ਲਾਂਦੇ ਉਹ ਹੀ ਮੇਰੇ ਕੰਮ ਦਾ ਤੇ ਕਦਮ ਕੋਈ ਵੱਲ ਕੇਜ ਦੇ ਦੇਲਾ ਨਹੀਂ ਭਰੋਸਾ ਦਮ ਦਾ ਕਸੂਰ ਮੰਦਾ ਕੀ ਮੌਤ ਤੋਂ ਖਤਰਾ ਮਰ ਕੇ ਜਿਹੜਾ ਜੰਮਦਾ ਕੋਈ ਰਾਹ ਯਾਦ ਹੀ ਤੇ ਉਹ ਦੱਸ ਇਸ ਗੱਲ ਨੂੰ ਛੱਡ ਤੂੰ ਕੋਈ ਰਾਹ ਯਾਦ ਹੀ ਤੇ ਦੱਸ ਆਖੇ ਜੇ ਰੰਗ ਵਾਟੇ
ਸੂਰਮੰਦਾ ਵਾਧੂ ਅਰਸ਼ੂ ਧਰਤੀ ਹੋਤ ਬਸੇ ਜਸ ਜਾਤੇ। ਅੱਜ ਨੀ ਆਂਦਾ ਮੈਂ ਵੀ ਜਾ ਕੇ ਨਹੀਂ ਦੇਖਾ ਸ਼ਹਿਜ਼ਾਦੀ ਆਂਦੀ ਏ ਇੰਨੀ ਜੇ ਤੂੰ ਗਰਮੀ ਦੱਸਣਾ ਇੱਥੇ ਲੋਹਾ ਵੀ ਸੜ ਜਾਂਦਾ ਤੇ ਪੈਂਚੀ ਵੀ ਨਹੀਂ ਪਰ ਲਾਂਦਾ ਤੇ ਤੂੰ ਇੱਥੇ ਕਿਸ ਤਰ੍ਹਾਂ ਬਚੇ ਆ।
ਦਾ ਆ ਗਿਆ।